ਸਰ ਇਹ ਵਾਲੇ ਅਸੀਂ ਆਲਰੇਡੀ ਹਲਕਾ ਐਮਐਲਏ ਨੋਲੇਜ ਦੇ ਵਿੱਚ ਹੈ ਗਿਆ ਜੀ ਸ਼੍ਰੀ ਨਰੇਸ਼ ਕੁਟਾਰੀਆ ਐਮਐਲਏ ਹਲਕਾ ਜੀਰਾ ਤੋਂ ਤੇ ਉਹਨਾਂ ਦੇ ਦੁਆਰਾ ਹੀ ਲੈਟਰ ਇਨ ਉੱਥੇ ਦਫਤਰ ਪਹੁੰਚੀ ਹੋਈ ਹੈ ਉਹਨਾਂ ਦੇ ਰਿਕਾਰਡ ਦੇ ਵਿੱਚ ਔਨ ਰਿਕਾਰਡ ਬੋਲਦੀ ਹੈ ਤੇ ਉਹਦੇ ਸਬੰਧ ਵਿੱਚ ਇਹ ਹਲੇ ਤੱਕ ਸਾਡੇ ਤੇ ਐਕਸ਼ਨ ਵੀ ਇਹਦੇ ਤੇ ਕੰਮ ਨਹੀਂ ਸ਼ੁਰੂ ਹੋਇਆ ਸਾਡੀ ਸੀਐਮ ਸਾਹਿਬ ਜਿਹੜੇ ਭਗਵੰਤ ਮਾਨ ਜੀ ਹੈ ਮੌਜੂਦਾ ਸਰਕਾਰ ਹੈ ਉਹਨਾਂ ਕੇ ਸਾਡੀ ਜ਼ਰੂਰੀ ਬੇਨਤੀ ਹੈ ਵੀ ਜਿੰਨੀ ਜਲਦੀ ਹੋ ਸਕੇ ਹਲਕਾ ਵਿਧਾਇਕ ਵੀ ਜ਼ੋਰ ਲਗਾ ਰਿਹਾ ਔਰ सीएम साहब ਨੂੰ ਬੇਨਤੀ ਹੈ ਵੀ ਜਿੰਨੀ ਜਲਦੀ ਹੋ ਸਕੇ ਸਾਡਾ ਦੋਨਾਂ ਗੱਡੀਆਂ ਦਾ ਸਟਾਪ ਹੋ ਜਾਏ ਇੱਥੇ ਦੁਆਜਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਧਰਤੀ ਸਾਡੇ ਲੋਕ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮੱਲਾਵਾਲਾ ਰੇਲਵੇ ਸਟੇਸ਼ਨ ਡਿਸਟ੍ਰਿਕਟ ਫਰੀਪਰ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਇੱਥੇ ਕੁਝ ਸਮੱਸਿਆ ਆ ਰਹੀ ਹੈ ਕਾਫੀ ਲੰਮੇ ਟਾਈਮ ਤੋਂ ਕਰੋਨਾ ਸਮੇਂ ਦੇ ਵਿੱਚ ਪਿਛਲੇ ਜਿਹੜੇ 3 ਸਾਲ ਲਗਭਗ 4 ਸਾਲ ਜਿਹੜਾ ਸਮਾਂ ਰਿਹਾ ਉਹਦੇ ਵਿੱਚ ਕਾਫੀ ਜਿਹੜਾ ਸਮਾਜ ਦੇ ਵਿੱਚ ਉਤਲ ਫੁਤਲ ਹੋਈ ਹੈ ਕਾਫੀ ਲੋਕਾਂ ਦੇ ਜਿਹੜੇ ਕਾਰੋਬਾਰ ਛੁੱਟ ਗਏ ਕਿਸੇ ਨੂੰ ਕੋਈ ਸਮੱਸਿਆ ਕਿਸੇ ਨੂੰ ਕੋਈ ਸਮੱਸਿਆ ਸੋ ਇੱਥੇ ਜਿਹੜਾ ਮੱਲਾਵਾਲਾ ਰੇਲਵੇ ਸਟੇਸ਼ਨ ਤੇ ਕੀ ਹੋਇਆ ਪਿਛਲੇ ਲੰਮੇ ਸਮੇਂ ਤੋਂ 3-4 ਸਾਲ ਤੋਂ ਕਰੋਨਾ ਸਮੇਂ ਤੋਂ ਬਾਅਦ ਜਿਹੜਾ 3-4 ਟ੍ਰੇਨਾਂ ਜਿਹੜੀਆਂ ਹੈਗੀਆਂ ਮੇਨ ਜੰਮੂ ਤਵੀ ਔਰ ਜਿਹੜਾ ਧੰਨਵਾਦ ਜਿਹੜੀ ਟ੍ਰੇਨ ਹੈਗੀ ਏ ਜਿਹੜੀ ਐਕਸਪ੍ਰੈਸ ਟ੍ਰੇਨ ਆ ਆਪਣਾ ਪੂਰੇ ਭਾਰਤ ਦੀ ਆਪਾਂ ਕਹਿ ਸਕਦੇ ਆ ਬੜੇ ਵੱਡੇ ਪੱਧਰ ਤੇ ਉਹ ਬੜਾ ਲੰਮਾ ਸਫ਼ਰ ਕਰਦੀਆਂ ਪੂਰੇ ਭਾਰਤ ਦੇ ਵਿੱਚ ਉਹ ਜਿਹੜੀਆਂ ਰੇਲਵੇ ਸਟੇਸ਼ਨ ਜਿਹੜਾ ਮੱਲਾਵਾਲਾ ਖਾਸ ਇੱਥੇ ਨਹੀਂ ਰੁਕ ਰਹੀਆਂ ਮੇਰੇ ਨਾਲ ਐਡਵੋਕੇਟ ਭਾਈ ਭਾਈ ਸਾਹਿਬ ਜੀ ਹੈਗੇ ਆ ਮਨਚੰਦਾ ਜੀ ਹੈਗੇ ਰੋਸ਼ਨ ਲਾਲ ਮਨਚੰਦਾ ਜੀ ਔਰ ਇੱਥੋਂ ਜਿਹੜੇ ਹੋਰ ਸਾਡੇ ਜਿਹੜੇ ਭਾਈਚਾਰੇ ਚੋਂ ਲੋਕ ਹੈਗੇ ਆ ਸਾਡੀ ਜਿਹੜੀ ਮੰਗ ਹੈ ਇੱਥੇ ਕੋਰੋਨਾ ਕਾਲ ਤੋਂ ਪਹਿਲਾਂ ਜੰਮੂ ਤਵੀ ਔਰ ਧੰਨਵਾਦ ਗੱਡੀ ਰੁਕਦੀ ਸੀਗੀ ਬਹੁਤ ਵਧੀਆ ਸਿਸਟਮ ਚੱਲ ਰਿਹਾ ਸੀਗਾ ਜਿਸ ਤੋਂ ਕਰੋਨਾ ਕਾਲ ਦੇ ਦੌਰਾਨ ਜਿਹੜੀਆਂ ਟ੍ਰੇਨਾਂ ਬੰਦ ਹੋ ਚੁੱਕੀਆਂ ਉਸ ਤੋਂ ਬਾਅਦ ਸਾਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜਿੰਨੇ ਵੀ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪ੍ਰਵਾਸੀ ਮਜ਼ਦੂਰ ਬੈਠੇ ਆ ਕਿਉਂਕਿ ਇਹਨਾਂ ਨੇ ਬਿਹਾਰ ਤੋਂ ਜਦੋਂ ਆਉਂਦੇ ਆ ਸਾਲ ਦੇ ਵਿੱਚ 2-3 ਚੱਕਰ ਇਹਨਾਂ ਦੇ ਲੱਗਦੇ ਆ ਤੋ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰ ਰਹੇ ਆ 21 22 ਦੀ ਜਿਹੜੀ ਸਾਡੀ ਐਨ ਜੀਓ ਕਮੇਟੀ ਦੇ ਹੋਣ ਦੇ ਨਾਤੇ ਅਸੀਂ ਡੀਆਰ ਡੀਐਮ ਨੂੰ ਦੋਤਰ ਜਿਹੜਾ ਮੰਗ ਪੱਤਰ ਦਿੱਤਾ ਸੀਗਾ ਡੀਆਰ ਮਹ ਸਾਹਿਬ ਨੂੰ ਮੈਡਮ ਨੂੰ ਸੀਮਾ ਸ਼ਰਮਾ ਜੀ ਹੈ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨ ਵੀ ਕਾਫੀ ਅਸੀਂ ਲੰਬੇ ਅਰਸੇ ਤੋਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਉਹ ਦੋਨਾਂ ਟ੍ਰੇਨਾਂ ਦਾ ਸਟਾਪ ਜਿਹੜਾ ਇੱਥੇ ਸਾਨੂੰ ਦਿੱਤਾ ਜਾਵੇ ਕਿਉਂਕਿ ਜਿਹੜੀ ਪਬਲਿਕ ਬਹੁਤ ਪਰੇਸ਼ਾਨ ਹੋ ਰਹੀ ਹੈ ਇਸ ਮੱਲਾਂਵਾਲਾ ਨਗਰ ਨੂੰ 100 ਤੇ 10 ਪਿੰਡ ਲੱਗਦੇ ਆ ਜੀ ਇਕਸਾ ਦਸਾਂ ਪਿੰਡਾਂ ਦੇ ਜਿਹੜੇ ਐ ਵੱਖਰੇ ਵੱਖਰੇ ਸਾਰੇ ਜਿਹੜੇ ਕਨੈਕਟ ਇੱਕ ਬਹੁਤ ਵੱਡਾ ਜੰਕਸ਼ਨ ਇੱਥੇ ਬਣਨਾ ਚਾਹੀਦਾ ਸੀਗਾ ਕਿਉਂਕਿ ਇੱਥੋਂ ਜਿਹੜੀ ਇੱਕ ਟ੍ਰੇਨ ਐ ਅਮਰਸਰ ਨੂੰ ਵੀ ਜਿਹੜਾ ਰੂਟ ਐ ਉਹ ਵੀ ਠੰਡੇ ਬਸਤੇ ਦੇ ਵਿੱਚ ਪਿਆ ਹੋਇਆ ਦੂਸਰੀ ਇੱਕ ਹੁਣ ਇੱਕ ਤਾਂ ਨਵੀਂ ਲੈਂਡ ਜਿਹੜੀ ਕੱਢੀ ਜਾ ਰਹੀ ਐ ਫਰੀਦਕੋਟ ਬਠਿੰਡਾ ਉਹ ਵੀ ਇੱਥੋਂ ਸਾਨੂੰ ਪਤਾ ਲੱਗਾ ਵੀ ਉਹ ਨਿਕਲੇਗੀ ਉਹ ਨਿਕਲੇਗੀ ਤਾਂ ਜੇ ਸਾਡਾ ਇੱਥੇ ਪਹਿਲੀਆਂ ਗੱਡੀਆਂ ਦਾ ਸਟਾਪ ਪੁਆਇੰਟ ਤਾਂ ਸਾਨੂੰ ਦੇਣਾ ਚਾਹੀਦਾ ਬਾਕੀ ਸਾਡੇ ਨਾਲ ਐਡਵੋਕੇਟ ਰਾਹੁਲ ਜੀ ਐ ਏ ਵੀ ਪਹੁੰਚੇ ਜਸੀਂ ਜਾ ਕੇ ਆਏ ਆਂ ਜੀ ਡੀਰਮ ਨਾਲ ਪਰ ਸਾਡੀ ਤਾਂ ਪ੍ਰਸ਼ਾਸਨ ਤੋਂ ਇਹੋ ਮੰਗਿਆ ਵੀ ਜਿੰਨੀ ਜਲਦੀ ਹੋ ਸਕੇ ਉਹ ਦੋਨਾਂ ਟ੍ਰੇਨਾਂ ਦਾ ਸਟਾਪੇਜ ਸਾਨੂੰ ਦਿੱਤਾ ਜਾਵੇ। ਸਮੱਸਿਆ ਹੈ ਜੀ ਹਮਸੇ ਪਹਿਲੇ ਸੇ ਉਹਨਾਂ ਸੇ ਆਤੀ ਹੈ ਚੜਕੇ ਯਾਹ ਅਬ ਹਮ ਸਭ ਕਾ ਸਮੱਸਿਆ ਹੈ ਜੀ। ਠੀਕ ਹੈ। ਅਭੀ ਅਭੀ ਕਹਾਂ ਸੇ ਜਾ ਕੇ ਚੜਤੇ ਹੈ ਆਪ। ਅਭੀ ਫਰੋਜਪੁਰ ਸੇ ਜਾ ਮਕੂ ਸੇ ਚੜਤੇ ਹੈ ਜੀ। ਠੀਕ ਹੈ। ਕੀ ਨਾਮ ਕਿਆ ਆਪਕਾ? ਹਰੀਂਦਰ ਪਟੇਲ। अच्छा कहाँ से आए बिहार से आए बिहार से आए और क्या कहना चाहोगे अब यही हम सब चाहते हैं जी यहाँ ट्रेन रुकेगा तो हम सबको समस्या का समाधान हो जाएगा जी ठीक है हाँ जी यही ठीक तो है।, तो है अब कहाँ जा रहे हैं आप यहाँ से... से जा रहे हैं फरोजपुर से जाएंगे ठीक हाँ हाँ है हम हम भी तो वही कहते हैं हम सब सुविधा सुख सुविधा चाहिए हम सब सुख सुविधा चाहिए हम सब ट्रेन चाहिए हम सबको जाने आने के लिए सब दिन हम लोग सब स्टेशन में यही मुल्क में काम करते हैं हम सब के है जो बहुत परेशानी हो जाते हैं ट्रेन यहाँ नहीं रुकते हैं और जाने पड़ते हैं कि जाते हैं तो वहाँ लुधियाना जाते हैं जलंधर जाते हैं नहीं तो जाते हैं तो फिरोजपुर जाते हैं हाँ यहाँ स्पेश ट्रेन यहाँ रुकना चाहिए सरकार से यही मांग करते है हम सबको सुविधा चाहिए ट्रेन का यहाँ ट्रेन रुकना चाहिए एडवोकेट साहब की कहना चाहोगे इस मसले को ਸਰ ਮੈਂ ਔਰ ਮਚੰਦਾ ਸਾਹਿਬ ਸਭ ਬਾਕੀ ਸਾਰੇ ਅਸੀਂ ਉਥੇ ਜਾ ਕੇ ਆਏ ਸੀ ਅਸੀਂ ਉਥੇ ਐਡਮਿਨਿਸਟਰੇਟ ਜਿਹੜਾ ਰੇਲਵੇ ਡੀਆਰਐਮ ਦਫਤਰ ਅਸੀਂ ਉਹਨਾਂ ਨੂੰ ਮਿਲ ਕੇ ਆਏ ਹਾਂ ਪਰਸਨਲੀ ਤੌਰ ਤੇ ਲਿਖ ਕੇ ਦਿੱਤਾ ਤੇ ਇਹ ਸਾਡਾ ਪ੍ਰੋਸੈਸ ਕਾਫੀ ਪੁਰਾਣਾ ਚੱਲ ਰਿਹਾ ਤੇ ਉਹਨਾਂ ਦੇ ਦਰ ਦਰਵਾਜ਼ਿਆਂ ਦੇ ਖੜਕਾ ਕੇ ਆਵੇਂ ਆ ਵੀ ਸਰ ਸਾਡੇ ਤੇ ਸਾਨੂੰ ਧੰਨਵਾਦ ਹੋ ਗਈ ਜੰਮੂ ਤੋਂ ਵੀ ਹੋ ਗਈ ਹੁਣ 5 ਵਜੇ ਤੋਂ ਲਾਸਟ ਟਾਈਮ ਹੈ ਸਾਫ ਸੋਈਪੂ ਤੋਂ ਇਧਰ ਮਲਾਵਲੇ ਆਉਣ ਤਾਂ ਹੋ ਜਿਹੜਾ ਵੀ ਪਸੰਜਰ ਹੈ ਜਾਂ ਯਾਤਰੀ ਆ 5 ਵਜੇ ਤੋਂ ਜੇ ਮੰਨ ਲਓ ਲੇਟ ਹੁੰਦਾ ਉਸ ਤੋਂ ਬਾਅਦ ਟ੍ਰੇਨਾਂ ਦੋ ਹੈਗੀਆਂ ਸਰ ਜੇ ਉਹ ਸ਼ੁਰੂ ਕੀਤੀਆਂ ਜਾਂਦੀਆਂ ਜਿਹੜਾ ਵੀ ਸਰਵਿਸਮੈਨ ਹੈਗਾ ਜਾਂ ਹੋਰ EMPLOYE ਹੈਗਾ ਉਹਨੂੰ ਆਣਾ ਆਪਣੇ ਘਰ ਦੇ ਵਿੱਚ ਸੁੱਖਾ ਹੋ ਜਾਏਗਾ ਜਿਹੜਾ ਟ੍ਰੇਨ ਦੀ ਸਹੂਲਤ ਆ ਸਰ ਬਹੁਤ ਅਰਜੈਂਟ ਹੈ ਸਾਡੇ ਲਈ ਜਿਹੜਾ ਕਾਫੀ ਕੋਰੋਨਾ ਟਕਾਲ ਤੋਂ ਬਾਅਦ ਕਾਫੀ ਦੇਰ ਤੋਂ ਬੰਦ ਹੋ ਰਹੀ ਹੈ ਤੇ ਹੁਣ ਇਹ ਅੰਮ੍ਰਿਤਸਰ ਵਾਲੇ ਲਾਈਨ ਹੈ ਸਰ ਇਹ ਵੀ ਸਾਡੇ ਲਈ ਕੰਪਲਸਰੀ ਬਹੁਤ ਜ਼ਰੂਰੀ ਹੈ ਸਾਡੇ ਪਿੰਡ ਦੇ ਤੇ ਨਗਰ ਵਾਸਤੇ ਵਿਕਾਸ ਕਰਨ ਵਾਸਤੇ ਜੇ ਜਿਨ੍ਹਾਂ ਅਸੀਂ ਬੇਨਤੀ ਇਹਨਾਂ ਨੂੰ ਇਹ ਕਰਦੇ ਆਂ ਵੀ ਜਿਨ੍ਹਾਂ ਜਲਦੀ ਹੋ ਸਕੇ ਜੇ ਰੁਕੇ ਹੋਏ ਕੰਮ ਜਲਦੀ ਤੋਂ ਜਲਦੀ ਨਿਪਟਾਏ ਜਾਣ ਤਾਂ ਜੋ ਸਭ ਦੇ ਵਿਕਾਸ ਲਈ ਸਾਨੂੰ ਸੁਵਿਧਾ ਮਿਲੀ ਜਾਵੇ। ਪਹਿਲਾਂ ਤਾਂ ਧੰਨਵਾਦ ਤੁਹਾਡਾ ਤੁਸੀਂ ਆਏ ਸਾਡੇ ਇੱਥੇ। ਠੀਕ ਠੀਕ ਹੈ। ਦੂਜੀ ਗੱਲ ਇਹ ਆ ਭਾਜੀ ਵੀ ਆਪਣੇ ਧੰਨਵਾਦ ਇੱਥੇ ਰੁਕਣੀ ਜ਼ਰੂਰੀ ਆ ਕਿਉਂਕਿ ਜਿਹੜੇ ਯੂਪੀ ਦੇ ਆਪਣੇ ਰਿਸ਼ਤੇਦਾਰ ਆਉਂਦੇ ਆ। ਹੂੰ। ਉਹਨਾਂ ਨੂੰ ਜਾਂ ਤਾਂ ਮਖੂਤਰਨਾ ਪਿੰਦਾ ਉੱਥੋਂ ਟ੍ਰੇਨ ਕਰਨੀ ਪੈਂਦੀ ਬਾਏ ਜਾਂ ਫਿਰ ਉਹ ਫਿਰੋਜ਼ਪੁਰ ਤੋਂ ਬਾਏ ਬੱਸ ਆਉਂਦੇ ਆ ਕੋਈ ਸਾਧਨ ਨਹੀਂ ਹੈਗਾ ਦੂਜੀ ਗੱਲ ਆਪਣੇ ਮੰਨ ਲਾਲੇ ਇੱਥੇ ਸਟੇਸ਼ਨ ਦੇ ਉੱਤੇ ਇੱਕ ਆਪਣਾ ਮੰਨ ਲਓ ਸਟੈਂਡ ਹੋਣਾ ਜ਼ਰੂਰੀ ਹੈ ਵੀ ਸਟੈਂਡ ਦਾ ਮਤਲਬ ਜੇ ਮੋਟਰਸਾਈਕਲ ਰੋਕਣੀ ਜਾਂ ਗੱਡੀ ਰੁਕਣੀ ਚਾਹੀਦੀ ਠੀਕ ਹੈ ਜੀ ਇਹ ਦੋ ਮੰਗਾ ਜੀ ਠੀਕ ਹੈ ਜੀ ਆ ਮੇ ਆਪਣੇ ਕਿਹੜੇ ਕਾਫੀ ਜਿਹੜੇ ਪੰਜਾਬੀ ਲੋਕ ਨੇ ਉਹ ਯੂਪੀ ਦੇ ਵਿੱਚ ਨੇ ਹੈਗੇ ਆ ਉਹ ਕਿਉਂਕਿ ਕਿਸਾਨ ਭਰਾ ਨੇ ਉੱਥੇ ਆਉਂਦੇ ਜਾਂਦੇ ਰਹਿੰਦੇ ਆਪਣੇ ਰਿਸ਼ਤੇਦਾਰ ਬਾਲੇ ਵੱਡੇ ਬਿਲਕੁਲ ਬਿਲਕੁਲ ਉਹਨਾਂ ਨੂੰ ਫਿਰ ਲਿਆਉਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਬਿਲਕੁਲ ਜੀ ਹਾਂ ਉਹ ਟ੍ਰੇਨ ਸਵੇਰ ਆਈ ਰਾਤ ਨੂੰ ਆਈ ਕਿਤੋਂ ਆਈ ਹਨ ਹਾਂਜੀ 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 ਉਹ 11 12 ਵਜੇ ਤੋਂ ਉੱਥੋਂ ਪਹਿਲਾਂ ਤੁਸੀਂ ਮਖੂ ਉਤਰੋ ਇੱਥੇ ਸਟਾਪ ਨਹੀਂ ਹੈਗਾ ਧੰਨਵਾਦ ਦਾ ਫਿਰ ਜਾਂ ਤਾਂ ਮਖੂ ਉਤਾਰੋ ਜਾਂ ਫਿਰ ਉੱਥੇ ਆਪਣੇ ਫਿਰੋਜ਼ਪੁਰ ਮੰਨ ਲਓ ਕੈਂਟ ਉਤਰੋ ਜਾਂ ਸਪੈਸ਼ਲ ਉੱਥੋਂ ਲਿਆਉਣੇ ਪੈਂਦੇ ਆ ਜਹਾਂ ਦਾ ਪ੍ਰ ਵਾਸਾਂ ਦਾ ਚਲੋ ਪ੍ਰਾਈਵੇਟ ਚੱਲਦਾ ਆਪਣਾ ਟਾਈਮ ਕੋ ਦੋ ਕਿਸ ਆਪਣੇ ਰੋਡ 'ਤੇ ਚੱਲਦੀਆਂ ਹਨ ਜਾਂ ਤੇ ਇੱਥੇ ਪ੍ਰੋਪਰ ਉਹਨਾਂ ਦਾ ਇੱਕ 5 ਮਿੰਟ ਦਾ ਵੀ ਸਟਾਪ ਹੋਣਾ ਚਾਹੀਦਾ ਧੰਨਵਾਦ ਦਾ ਵੀ ਮੰਨ ਲਓ ਜਿਹੜੇ ਜੂਪੀ ਤੋਂ ਸਵਾਰੀ ਹੁੰਦੀ ਹੈ ਬਹੁਤ ਰਿਸ਼ਤੇਦਾਰ ਪੈਂਦੇ ਆ ਮੇਰੇ ਵੀ ਰਿਸ਼ਤੇਦਾਰ ਆ ਜੂਪੀ ਤੋਂ ਆਉਂਦੇ ਬੜੇ ਔਕੇ ਹੁੰਦੇ ਆ ਉਹ ਵੀ ਸੋ ਇੱਥੇ ਤੁਸੀਂ ਗੱਲਬਾਤ ਸਾਰੀ ਸੁਣੀ ਹੈ ਸਾਡੇ ਪੰਜਾਬੀ ਵੀਰ ਵੀ ਇੱਥੇ ਉਹਨਾਂ ਖਾਸ ਤੌਰ ਤੇ ਮੰਗ ਕੀਤੀ ਵੀ ਜੂਪੀ ਦੇ ਵਿੱਚ ਸਾਡੇ ਜਿਹੜੇ ਭੈਣ ਭਰਾ ਕਾਫੀ ਹੈਗੇ ਰਿਸ਼ਤੇਦਾਰ ਹੈਗੇ ਬੜੇ ਵੱਡੇ ਪੱਦਰ ਉੱਥੇ ਪੰਜਾਬੀ ਜਿਹੜੇ ਕਿਸਾਨ ਵੀਰ ਹੈਗੇ ਆ ਔਰ ਜਿਹੜੇ ਸਾਡੇ ਪ੍ਰਵਾਸੀ ਮਜ਼ ਕਰੀਬ ਇੱਥੇ ਬਿਹਾਰ ਦੇ ਵਿੱਚੋਂ ਖਾਸ ਤੌਰ ਤੇ ਯੂਪੀ ਦੇ ਵਿੱਚੋਂ ਕੰਮ ਕਰਨਾ ਆਉਂਦੇ ਆ ਵੱਡੇ ਪੱਧਰ ਤੇ ਮੰਗ ਕੀਤੀ ਜਾਂਦੀ ਹੈ ਕਿ ਜਿਹੜੀਆਂ ਜਿੰਨੀਆਂ ਵੀ ਐਕਸਪ੍ਰੈਸ ਰੇਲਾਂ ਹੈਗੀਆਂ ਜਾਂ ਹੋਰ ਵੀ ਕੋਈ ਲੋਕਲ ਟ੍ਰੇਨਾਂ ਦਾ ਵੀ ਟਾਈਮ ਹੋ ਸਕਦਾ ਬੇਸ਼ੱਕ ਦੀ ਉਥੇ ਸਟਾਪੇਜ ਰੋਕੇ ਹੋਣਗੇ ਜਾਂ ਲੋਕਲ ਟ੍ਰੇਨਾਂ ਵੀ ਕਟਾਈਆਂ ਹੋਣੀਆਂ ਅਸੀਂ ਮੰਗ ਕਰਦੇ ਆ ਕਿ ਇੱਥੇ ਵੱਧ ਵੱਧ ਸਵਾਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਮੌਕੇ ਸਮੇਂ ਸਮੇਂ ਤੇ ਜਿਹੜਾ ਉਹ ਇੱਥੇ ਜਿਹੜਾ ਦਿਨ ਰਾਤ ਦੀ ਖੱਜਲ ਖਵਾਰੀ ਹੈ ਜਾਂ ਸਵਾਰੀਆਂ ਖੱਜਲ ਖਵਾਰੀੋਂ ਮੁੱਕ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ